ਹੈਲੋ एवरीवन ਵੈਲਕਮ ਟੂ ਸਟੱਡੀ ਸ਼ੋਰਕੱਟਸ ਯਰ ਸਟੱਡੀ ਬਿਕਮਸ ਈਜ਼ੀਓ ਆਪਾਂ ਨੂੰ ਪਤਾ ਹੈ 2364 ای ٹی ٹی ਦੇ پوسਟਾਂ ਦੀ ਜਿਹੜੀ ਸਕਿਉਰਟੀ ਦਾ ਪ੍ਰੋਸੈਸ ਆ ਉਹ ਚੱਲ ਰਿਹਾ ਸੀ 24 12 2020 ਨੂੰ ਉਹ ਪ੍ਰੋਸੈਸ ਜਿਹੜਾ ਹੈਗਾ ਕੰਪਲੀਟ ਹੋਇਆ ਸੀ ਉਸ ਤੋਂ ਬਾਅਦ ਅੱਜ ਫਿਰ ਤੋਂ 2364 ای ٹی ٹی ਪੋਸਟਾਂ ਰਿਲੇਟਿਡ ਇੱਕ ਨਵਾਂ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਦੇਖਦੇ ਆਪਾਂ ਉਹ ਨੋਟਿਸ ਕੀ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਆਫੀਸ਼ੀਅਲ ਸਾਈਟ ਜਿਹੜੀ ਇਹਨਾਂ ਦੀ ਹੈਗੀ ਹੈ educationrecruitmentboard.com ਉਸ ਤੇ ਇੱਕ ਨਵਾਂ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਆਪਾਂ ਦੇਖਦੇ ਆ ਨੋਟਿਸ ਕੀ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਨੋਟਿਸ ਆਪਣੇ ਸਾਹਮਣੇ ਖੁੱਲ ਚੁੱਕੇ ਹੈ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਇਹ ਜਿਹੜਾ ਨੋਟਿਸ ਹੈਗਾ ਇਹ 2364 ای ٹی ٹی دی پوسਟਾਂ ਦੇ ਰਿਲੇਟਡ ਹੈ ਜਿਸ ਦਾ ਸੈਕੰਡ ਪੇਪਰ ਹੋ ਚੁੱਕਿਆ ਸੀ ਉਸ ਤੋਂ ਬਾਅਦ ਮੈਰਿਟ ਲਿਸਟ ਜਿਹੜੀ ਉਹਨਾਂ ਨੇ ਪ੍ਰੋਵਾਈਡ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਦੇਖੋ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਪ੍ਰੋਵਾਈਡ ਜਿਹੜੀ ਪ੍ਰੋਵੀਜ਼ਨਲ ਮੈਰਿਟ ਲਿਸਟ ਹੈਗੀ ਉਹ ਦੀ ਸੂਚੀ ਤਿਆਰ ਕਰਨ ਤੋਂ ਬਾਅਦ ਜਿਹੜੀ ਉਹਨਾਂ ਨੇ ਸਕਰੂਟੀ ਤੇ ਇੱਕ ਸ਼ੈਡਿਊਲ ਦਿੱਤਾ ਸੀ ਉਹਦੇ ਵਿੱਚ ਇਸ ਤੋਂ ਇਲਾਵਾ ਮਿਤੀ 16 12 2020 ਤੋਂ ਮਿਤੀ 24 12 2020 ਤੱਕ ਹੋਈ ਸਕਰੂਟੀ ਵਿੱਚ ਜਿਹੜੇ ਬੱਚੇ ਗੈਰ ਹਾਜ਼ਰ ਸੀਗੇ ਸੋ ਰਿਕਰੂਟਨੀ ਦੇ ਟਾਈਮ ਉਮੀਦਵਾਰਾਂ ਨੂੰ ਹੋਰ ਮੌਕਾ ਦਿੱਤੇ ਹੋਏ ਉਹਨਾਂ ਨੂੰ ਇੱਕ ਸਪੈਸ਼ਲ ਚਾਂਸ ਇੱਥੇ ਦਿੱਤਾ ਗਿਆ ਕਿ ਉਹ ਆਪਣੇ ਅਸਲ ਦਸਤਾਵੇਜ਼ ਸੈਕਿਊਟਨੀ ਲਈ ਜੜੇ ਆ ਦੁਬਾਰਾ ਤੋਂ ਜਾ ਸਕਦੇ ਨੇ ਉਹਨਾਂ ਨੂੰ ਪੂਰਾ ਐਡਰੈਸ ਦਿੱਤਾ ਹੈ ਉੱਥੇ ਦਫਤਰ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਮਾਈਕਰੋਸਾਫਟ ਬਿਲਡਿੰਗ ਫੇਸ 3 ਬੀ 1 ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਕਦੋਂ ਬੁਲਾਇਆ ਗਿਆ ਉਹਨਾਂ ਨੂੰ 6 1 2021 ਯਾਨੀ ਕਿ 6 ਜਨਵਰੀ 2021 ਨੂੰ ਸਵੇਰੇ 9:30 ਵਜੇ ਤੋਂ ਸ਼ਾਮ ਨੂੰ 5 ਵਜੇ ਜਿਹੜਾ ਹੈਗਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਤੇ ਉਮੀਦਵਾਰਾਂ ਦੀ ਲਿਸਟ ਜਿਹੜੀ ਉਹਨਾਂ ਨੇ ਕਿਹਾ ਵਿ ਨੇ ਪਹੁੰਚ ਸਕੇ ਸੀ ਜਿਸ ਦਿਨ ਵੀ ਉਹਨਾਂ ਦਾ ਸ਼ਡਿਊਲ ਬਣਦਾ ਸੀਗਾ ਉਹ ਨਹੀਂ ਪਹੁੰਚ ਸਕੇ ਤਾਂ ਜਿੰਨੇ ਵੀ ਗੈਰਹਾਜ਼ਰ ਉਮੀਦਵਾਰ ਨੇ ਉਹਨਾਂ ਸਾਰਿਆਂ ਨੂੰ ਇੱਕ ਮੌਕਾ ਹੋਰ ਦਿੱਤਾ ਗਿਆ ਸਰਕਾਰ ਵੱਲੋਂ ਉਹ ਜਿਹੜਾ ਹੈਗਾ 6 ਜਨਵਰੀ 2021 ਨੂੰ ਆਪਣਾ ਉਸ ਜਗ੍ਹਾ ਤੇ ਪਹੁੰਚ ਕੇ ਆਪਣੀ ਦੁਬਾਰਾ ਸੈਕਿਊਰਿਟੀ ਲਈ ਜਾ ਸਕਦੇ ਨੇ ਜਾਂ ਆਪਣੇ ਅਸਲ ਦਸਤਾਵੇਜ਼ਾਂ ਦੀ ਸੈਕਿਊਰਿਟੀ ਜੜੀ ਆ ਉਹ ਕਰਵਾ ਸਕਦੇ ਨੇ ਹਰ ਇੱਕ ਕੈਟਾਗਰੀ ਲਈ ਜਿਹੜੀ ਲਿਸਟ ਹੈਗੀ ਆ ਉਹ ਆਫੀਸ਼ੀਅਲ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਸਟ ਆਫ ਕੈਂਡੀਡੇਟਸ ਕੋਲਡ ਤਾਂ ਇੱਥੇ ਸਾਰੀ ਲਿਸਟ ਜਿਹੜੀ ਹੈਗੀ ਆ ਉਹ ਤੇ ਦਿੱਤੀ ਹੋਈ ਆ ਉਹਦੇ ਵਿੱਚ ਕੈਟਾਗਰੀ ਵਾਈਜ਼ ਵੀ ਉਹਨਾਂ ਨੇ ਅਲੱਗ ਤੋਂ ਲਿਸਟ ਦਿੱਤੀ ਹੈਗੀ ਤੇ ਤੁਸੀਂ ਆਪਣੇ ਪਰਟੀਕੂਲਰ ਆਪਣੀ ਜਿਹੜੀ ਆਪਣੀ ਥੋੜੀ ਕੈਟਾਗਰੀ ਹੈ ਉਸ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹ ਆਪਾਂ ਇੱਕ ਵਾਰੀ ਇੱਕ ਲਿਸਟ ਖੋਲ ਕੇ ਵੀ ਦੇਖ ਲੈਂਦੇ ਹਾਂ ਹਾਂਜੀ ਜਿਵੇਂ ਤੁਹਾਡੇ ਸਾਹਮਣੇ ਹੈ ਇਹ ਲਿਸਟ ਜਿਹੜੀ ਹੈਗੀ ਇਹਨਾਂ ਨੇ ਜਾਰੀ ਕੀਤੀ ਹੈ ਤੇ ਇਸ ਲਿਸਟ ਦੇ ਵਿੱਚ ਤੁਸੀਂ ਤੁਸੀਂ ਦੇਖ ਸਕਦੇ ਹੋ ਤੇ ਬੱਚੇ ਜਿਹੜੇ ਹੈਗੇ ਆ ਉਹ ਕੋਲ ਕੀਤੇ ਗਏ ਨੇ ਕਿ ਇਹਨਾਂ ਸਾਰੀ ਲਿਸਟ ਦਿੱਤੀ ਹੈ ਲਾਸ ਦੇ ਵਿੱਚ ਟੋਟਲ ਮਾਰਕਸ ਜਿਹੜੇ ਹੈਗੇ ਆ ਉਹ ਦਿੱਤੇ ਹੋਏ ਹਨ ਤੇ ਇਹਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਪਹਿਲੀ ਜਿਹੜੀ ਲਿਸਟ ਓਪਨ ਕੀਤੀ ਸੀ ਉਹਦੇ ਵਿੱਚ ਕੁਝ 117 ਜਿਹੜੇ ਹੈਗੀਆਂ ਉਹ ਕੈਂਡੀਡੇਟਸ ਦੇ ਨਾਮ ਹੈਗੇ ਆ ਤੁਸੀਂ ਪਰਟੀਕੂਲਰ ਆਪਣੀ ਕੈਟਾਗਰੀ ਦੇ ਵਿੱਚ ਜਾ ਕੇ ਜਿਹੜਾ ਦੇਖ ਸਕਦੇ ਹੋ ਤੇ ਇਸ ਜੀ ਵੀਡੀਓ 2364 ATT ਪੋਸਟਾਂ ਦੇ ਰਿਲੇਟਡ ਜਿਹੜੀ ਨਵਾਂ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਇਸ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਥੈਂਕ ਯੂ